ਮਰਵੀ ਲੋਰੀਆ ਜੱਟ ਆ ਤੇਰੇ ਅੰੂ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇੱਕ ਹਲਕੇ ਕੁੱਤੇ ਵਾਂਗੂ ਜਿਹੜਾ ਵੀ ਮੂੰਹ ਚ ਆਉਂਦੇ ਨੇ ਉਹ ਬੋਲੀ ਜਾਂਦੇ ਨੇ ਜੇ ਬਾਪ ਦਾ ਨਾ ਬਾਪ ਦਾ ਤੇ ਫਿਰ ਹੁਣ ਬਾਈ ਕੱਟ ਕਰ ਕਿ ਜਿਹੜਾ ਵੀ ਸੋਨਾਰ ਭਾਈਚਾਰਾ ਤੇ ਜਿਹੜਾ ਵੀ ਸਾਡਾ ਰਾਮਗੜੀਆ ਭਾਈਚਾਰਾ ਵੀ ਮੈਂ ਉਹਨਾਂ ਦੀ ਵੋਟ ਵੀ ਨਹੀਂ ਲੈਂਦਾ ਲਾਲ ਜੀ ਤੇ ਭੁੱਲਰ ਦੇ ਵਾਈਫ ਜਾਂ ਉਹਦੀ ਕੋਈ ਧੀ ਭੈਣ ਵੀ 골ਡ ਜ਼ਰੂਰ ਪਾਉਂਦੀ ਹੋਵੇਗੀ ਤਾਂ ਉਹ ਵੀ ਸੁਨਾਰ ਭਾਈਚਾਰੇ ਨੇ ਬਣਾਇਆ ਹੋਇਆ ਤੇ ਜਦੋਂ ਸਾਨੂੰ ਸੁਨਾਰਾ ਨਾਲ ਇੰਨੀ ਕੜਪਤਣਾ ਨਾ ਵੀ ਅਸੀਂ ਉਹਨਾਂ ਵਰਗੇ ਨਹੀਂ ਤਾਂ ਫਿਰ ਲਾ ਕੇ ਸਟਿਆ ਦੋ ਗਲੀਆਂ ਦੇ ਵਿੱਚ ਜਿਹੜੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਹੋ ਜਿਹਦਾ ਆਨੰਦ ਮਾਣਦੇ ਹੋ ਜਿਹੜੀਆਂ ਕੋਠੀਆਂ ਤੇ ਹੰਕਾਰ ਕਰਦੇ ਹੋ ਉਹ ਵੀ ਰਾਮਗੜੀਆ ਭਾਈਚਾਰੇ ਦੀ ਦੇਣਾ ਜੇ ਅਸਲ ਹੈ ਤੁਹਾਡੇ ਵਿੱਚ ਅਣਖ ਹੈ ਤਾਂ ਫਿਰ 골ਡ ਵੀ ਸਟੋ ਸਾਰਾ ਕੋਠੀਆਂ ਵੀ ਛੱਡੋ ਤੰਬੂਆਂ 'ਚ ਬੈਠੋ ਲੱਖਾ ਕਹਿੰਦਾ ਮੈਂ ਭਗਤ ਸਿੰਘ ਦੀ ਸੋਚ ਦੀ ਲੜਾਈ ਲੜਦਾ ਭਗਤ ਸਿੰਘ ਦੇ ਨਾਰੇ ਵੀ ਲੱਖਾ ਹਰੇਕ ਸਟੇਜ ਤੇ ਲਾਉਂਦਾ ਤੇ ਜਿਹਦੀ ਪਾਰਟੀ ਦਾ ਸਮਰਥਨ ਲਿਆ ਜਿਹਦੀ ਝੰਡੇ ਥੱਲੇ ਲੜੂ ਉਹ ਭਗਤ ਸਿੰਘ ਨੂੰ ਹੱਤਬਾਦੀ ਦੱਸਦਾ ਤੂੰ ਸਿਮਰਜੀਤ ਸਿੰਘ ਮਾਨ ਦੀ ਇਸ ਗੱਲ ਨਾਲ ਸਹਿਮਤ ਆ ਸਾਰੀਆਂ ਪਾਰਟੀਆਂ ਨੇ ਇੱਕੋ ਬਰਾਦਰੀ ਦੇ ਉਮੀਦਵਾਰ ਦਿੰਦੇ ਨੇ ਦੂਜੀ ਬਟਿੰਡਾ ਲੋਕ ਸਭਾ ਦੇ ਬਰਾਦਰੀ ਨਹੀਂ ਮੈਂ ਤਾਂ ਕਹਿੰਦਾ ਸਾਨੂੰ ਤਾਂ ਸਾਡੇ ਵਾਲਿਆਂ ਨੇ ਮਾਰ ਰੱਖਿਆ ਬਾਈ ਜੇ ਐਸਸੀ ਬੀਸੀ ਸਮਾਜ ਇਕੱਠਾ ਹੋ ਜੇ ਨਾ ਆ ਜਿਹੜੇ 6 7 ਸਰਦਾਰਾਂ ਨੇ ਖੜੇ ਕੀਤੇ ਰਹਿਣਾ ਇਹਨਾਂ ਦੀ ਜ਼ੁਬਾਨ ਤੇ ਇੱਕ ਦੀ ਵੀ ਬਚ ਜੇ ਤਾਂ ਮੈਨੂੰ ਫਿਟੇ ਲਾਣ ਦਾ ਕਹਿਦੇ ਕੱਲਾ ਇਨਾਂ ਕੋਲ ਹੀ ਠੇਕਾ ਵੀ ਸਾਰੇ ਭਾਈਚਾਰਿਆਂ ਦੀ ਗੱਲ ਇਹੀ ਕਰ ਸਕਦੇ ਨੇ ਸ਼ੈਡਿਊਲ ਕਾਸਟ ਨਹੀਂ ਸਾਰੇ ਭਾਈਚਾਰਿਆਂ ਦੀ ਗੱਲ ਕਰ ਸਕਦਾ ਕਿ ਇਹਨਾਂ ਨੂੰ ਕਿਤੋਂ ਲਾਇਸੈਂਸ ਜਾਰੀ ਹੋਇਆ ਵੀ ਕੱਲਾ ਇਹੀ ਪੰਜਾਬ ਦੀ ਜਨਤਾ ਦੀ ਸੇਵਾ ਕਰ ਸਕਦੇ ਨੇ ਜਾਂ ਪੰਜਾਬ ਦਾ ਜਨਤਾ ਦਾ ਭਲਾ ਕਰ ਸਕਦੇ ਨੇ ਸਾਰੇ ਭਾਈਚਾਰਿਆਂ ਦੀ ਗੱਲ ਇਹ ਸਰਦਾਰੀ ਕਰਨਗੇ ਲੱਖਾਂ ਹੀ ਮੁੰਡਾ ਮਰਿਆ ਪੰਜਾਬ ਦਾ ਉਸ ਕਾਲੇ ਦੌਰ ਦੇ ਵਿੱਚ ਨਾ ਸਿਮਰਜੀਤ ਸਿੰਘ ਮਾਨ ਵਾਸਤੇ ਗੋਲੀ ਬਣੀ ਨਾ ਗੋਲੀ ਬਾਦਲ ਕਿਆਂ ਵਾਸਤੇ ਬਣੀ ਨਾ ਗੋਲੀ ਟੋੜੇ ਕਿਆਂ ਵਾਸਤੇ ਬਣੀ ਨਾ ਜਗਦੇਵ ਸਿੰਘ ਤਲਵੰਡੀ ਵਾਸਤੇ ਬਣੀ ਨਾ ਸਰਦਾਰ ਸਭਜੀਤ ਸਿੰਘ ਬਰਨਾਲੇ ਵਾਸਤੇ ਬਣੀ ਇਹ ਪੰਜਾਬ ਦੇ ਕਿਸਾਨਾਂ ਦੇ ਗਰੀਬਾਂ ਦੇ ਪੁੱਤ ਕਿਉਂ ਮਰੇ ਸਤਿ ਸ੍ਰੀ ਅਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਪਾਲ ਆਮ ਆਦਮੀ ਪਾਰਟੀ ਦੇ ਮંત્રી ਰਹੇ ਲਾਲਜੀਤ ਭੁੱਲਰ ਹੋਰਾਂ ਦੇ ਵੱਲੋਂ ਜਿਹੜੇ ਹੈਗੇ ਆ ਉਹ ਜਾਤੀ ਸੂਚਕ ਸ਼ਬਦ ਜਿਹੜੇ ਆ ਉਹ ਬੋਲੇ ਜਾਂਦੇ ਆ ਉਸ ਤੋਂ ਬਾਅਦ ਮੁਆਫੀ ਜਿਹੜੀ ਆ ਉਹ ਵੀ ਮੰਗੀ ਜਾਂਦੀ ਆ ਪਰ ਮੌਕੇ ਦੇ ਵਿਧਾਇਕ ਦੇ ਵੱਲੋਂ ਮੌਕੇ ਦੀ ਸਰਕਾਰ ਦੇ ਵਿੱਚ ਵਿਧਾਇਕ ਦੇ ਵੱਲੋਂ ਐਦਾਂ ਦੇ ਸ਼ਬਦ ਬੋਲਣੇ ਕਿੰਨੇ ਕੁ ਸਹੀ ਨੇ ਹਾਲਾਂਕਿ ਉਹ ਕਹਿੰਦੇ ਨੇ ਕਿ ਮੈਂ ਇੱਕ ਇਨਸਾਨ ਨੂੰ ਇਹ ਚੀਜ਼ਾਂ ਜਿਹੜੀਆਂ ਬੋਲੀਆਂ ਸੀ ਪਰ ਜਾਤੀ ਸੂਚਕ ਸ਼ਬਦ ਬੋਲਣੇ ਇਹ ਕਿੰਨੇ ਕੁ ਸਹੀ ਨੇ ਗੱਲਬਾਤ ਇਸ ਤੇ ਵਾਪਤ ਕਰਾਂਗੇ ਮੇਰੇ ਨਾਲ ਭੋਜਨ ਸਮਾਜ ਪਾਰਟੀ ਤੋਂ ਪੰਜਾਬ ਦੇ ਜਨਰ ਸਕੱਤਰ ਭਾਈ ਕੁਲਦੀਪ ਸਿੰਘ ਸਰਦੂਲਗੜ ਹੋਰੀ ਹੋਣਗੇ ਸਭ ਤੋਂ ਪਹਿਲਾਂ ਭਾਈ ਦਾ ਸਵਾਗਤ ਕਰੀਏ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਆ ਰਿਹਾ ਮੀਟਲ ਤੇ ਧੰਨਵਾਦ ਜੀ ਆਰਐਮਬੀ ਟੈਲੀਵਿਜ਼ਨ ਮੈਂ ਕਹੂੰਗਾ ਕਾਫੀ ਕਹਿਜੇ ਚੈਨਲ ਨੇ ਇੱਕ ਦੋ ਹੋਰ ਵੀ ਚੈਨਲ ਜਿਨ੍ਹਾਂ ਨੂੰ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਦਬਾਉਣ ਤੇ ਪਰ ਫਿਰ ਵੀ ਤੁਸੀਂ ਸੱਚ ਦੀ ਆਵਾਜ਼ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹੋ ਤੁਹਾਡਾ ਧੰਨਵਾਦ ਲਾਲਜੀਤ ਭੁੱਲਰ ਦੇ ਬਿਆਨ ਤੇ ਤੁਹਾਡਾ ਜਿਹੜਾ ਹੈਗਾ ਮੈਂ ਜ਼ਰੂਰ ਪ੍ਰਤੀਕਰਮ ਲੈਣਾ ਚਾਹੂੰਗਾ ਕਿ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਮੌਕੇ ਦੇ ਵਿੱਚ ਸਰਕਾਰ ਹੋਵੇ ਸਰਕਾਰ ਦੇ ਵਿੱਚ ਵਿਧਾਇਕ ਹੋਣ ਤੇ ਵਿਧਾਇਕ ਸਾਹਿਬ ਦੇ ਵੱਲੋਂ ਇਸ ਤਰ੍ਹਾਂ ਦੇ ਜਾਤੀ ਸੂਚਕ ਸ਼ਬਦ ਖੁੱਲੇ ਆਮ ਆਪਣੇ ਚੋਣ ਪ੍ਰਚਾਰ ਕਰਨ ਵੇਲੇ ਇਹਨੇ ਲੋਕਾਂ ਦੇ ਵਿੱਚ ਬੋਲੇ ਗਏ ਤੇ ਸ਼ਾਇਦ ਜਿਹੜੇ ਜਾਤੀ ਨੂੰ ਉਹਨੂੰ ਸ਼ਬਦ ਬੋਲੇ ਸ਼ਾਇਦ ਉਹ ਜਾਤੀ ਦਾ ਵੀ ਕੋਈ ਨਾ ਕੋਈ ਹੋ ਸਕਦਾ ਉੱਥੇ ਉਹਨਾਂ ਦਾ ਵਰਕਰ ਜਾਂ ਉਹਨਾਂ ਨੂੰ ਉਹਨਾਂ ਦਾ ਵੋਟਰ ਬੈਠਾ ਹੋਵੇ ਤਾਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਬੜੀ ਹੈਰਾਨੀ ਤੇ ਬੜਾ ਇਹ ਜਿੰਨੀ ਵੀ ਇਸ ਗੱਲ ਦੀ ਨਖੇਦੀ ਕੀਤੀ ਜਾਵੇ ਘਟ ਲਾਲਜੀਤ ਭੁੱਲਰ ਇੱਕ ਕੈਬਨਟ ਮੰਤਰੀ ਵੀ ਨੇ ਨਾਲ ਨਾਲ ਤੇ ਇੱਕ ਉਮੀਦਵਾਰ ਵੀ ਨੇ ਜੇ ਬੱਚਾ ਗਲਤੀ ਕਰਦਾ ਨਾ ਕਿਤੇ ਨਾ ਕਿਤੇ ਮਾਂ ਪਿਓ ਨੂੰ ਵੀ ਦੋਸ਼ੀ ਠਰਾਇਆ ਜਾਂਦਾ ਵੀ ਇਹਦੀ ਚੰਗੀ ਸਿੱਖਿਆ ਨਹੀਂ ਹੈਗੀ ਇਹਦੇ ਮਾਪੇ ਸ਼ਾਇਦ ਜਾਂ ਉਹਦੇ ਟੀਚਰਾਂ ਤੱਕ ਵੀ ਲੋਕ ਪਹੁੰਚਦੇ ਨੇ ਤਾਂ ਮੈਂ ਇਹ ਗੱਲ ਤੇ ਪੰਜਾਬ ਦਾ ਮੁੱਖ ਮੰਤਰੀ ਨੇ ਆ ਪੰਜਾਬ ਦੀ ਜਨਤਾ ਤੋਂ ਕਿਉਂ ਨਹੀਂ ਮਾਫੀ ਮੰਗੀ ਕਿ ਤੇਰੇ ਮੰਤਰੀ ਇੱਕ ਹਲਕੇ ਕੁੱਤੇ ਵਾਂਗੂ ਜਿਹੜਾ ਵੀ ਮੂੰਹ ਚ ਆਉਂਦੇ ਨੇ ਉਹ ਬੋਲੀ ਜਾਂਦੇ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਮਾੜੀ ਮੋਟੀ ਤੁਸੀਂ ਕਹਿ ਰਹੇ ਹੋ ਗੁੱਲੀ ਘੜਾ ਸੁਨਾਰ ਐਸ ਤਰ੍ਹਾਂ ਦੇ ਸ਼ਬਦ ਅਸੀਂ ਉਹਨਾਂ ਵਰਗੇ ਨਹੀਂ ਮੈਂ ਕਹਣਾ ਪੰਜਾਬ ਦੀ ਮਿਹਨਤਕਸ਼ ਰਾਮਗੜੀਆ ਭਾਈਚਾਰਾ ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਤਰਖਾਨ ਭਾਈਚਾਰਾ ਵੀ ਕਹਿ ਲੈਨੇ ਆ ਆਪਦੀ ਕਿਰਤ ਕਰਕੇ ਖਾਣ ਵਾਲੀ ਕੌਮ ਆ ਮਾਨ ਮੱਤਾ ਇਤਿਹਾਸ ਲਾਲਜੀਤ ਭੁੱਲਰ ਨੂੰ ਰਾਮਗੜੀਆ ਭਾਈਚਾਰੇ ਦਾ ਪਤਾ ਨਹੀਂ ਹੋਣਾ ਜੇ ਕੋਈ ਮਾੜੀ ਮੋਟੀ ਅਕਲ ਹੁੰਦੀ ਤਾਂ ਇਤਿਹਾਸ ਪੜ੍ਹ ਕੇ ਬੋਲ ਲੈਣਾ ਸੀ ਤੇ ਜਿਸ ਗੱਲ ਮੈਂ ਸਨਾਰ ਭਾਈਚਾਰੇ ਦੀ ਕਰਾਂ ਉਹ ਵੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਕਿਸੇ ਮੂਰੇ ਹੱਥ ਨਹੀਂ ਆੜਦੇ ਆਪ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਂਦੇ ਨੇ ਐਸ ਤਰ੍ਹਾਂ ਕੌਮ ਨੂੰ ਜ਼ਲੀਲ ਕਰਨਾ ਮੈਂ ਤੁਹਾਡੇ ਚੈਨਲ ਤੇ ਲਾਲਜੀਤ ਭੁੱਲਰ ਨੂੰ ਇਹ ਕਹਿਣਾ ਚਾਹਣਾ ਜੇ ਬਾਪ ਦਾ ਨਾ ਬਾਪ ਦਾ ਤੇ ਫਿਰ ਹੁਣ ਬਾਈਕਾਟ ਕਰ ਕਿ ਜਿਹੜਾ ਵੀ ਸਨਾਰ ਭਾਈਚਾਰਾ ਤੇ ਜਿਹੜਾ ਵੀ ਸਾਡਾ ਰਾਮਗੜੀਆ ਭਾਈਚਾਰਾ ਵੀ ਮੈਂ ਉਹਨਾਂ ਦੀ ਵੋਟ ਵੀ ਨਹੀਂ ਲੈਂਦਾ ਜਦੋਂ ਤੈਨੂੰ ਇੰਨੀ ਨਫ਼ਰਤ ਇੰਨੀ ਕੜਤਨ ਭਰੇ ਸ਼ਬਦ ਬੋਲ ਰਹੇ ਆ ਤਾਂ ਤੇਰਾ ਹੱਕ ਹੀ ਨਹੀਂ ਬਣਦਾ ਤੇ ਮੈਂ ਰਾਮਗੜੀਆ ਭਾਈਚਾਰੇ ਨੂੰ ਵੀ ਤੇ ਮੈਂ ਸੁਨਾਰ ਭਾਈਚਾਰੇ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਵੀ ਇਹਨਾਂ ਦੇ ਉਮੀਦਵਾਰ ਲੜ ਰਹੇ ਨੇ ਉਹਨਾਂ ਦਾ ਬਾਈਕਾਟ ਕਰੋ ਤੇ ਜੇ ਤੁਸੀਂ ਬਾਈਕਾਟ ਨਹੀਂ ਕਰਦੇ ਤਾਂ ਫਿਰ ਇਹ ਸਮਝ ਲਓ ਵੀ ਕਿਤੇ ਨਾ ਕਿਤੇ ਸਾਡੀ ਵੀ ਜ਼ਮੀਰ ਮਰੀ ਹੋਈ ਆ ਐਡਾ ਮਾਨਮਤਾ ਇਤਿਹਾਸ ਰਾਮਗੜੀਆ ਭਾਈਚਾਰੇ ਦਾ ਇੱਕ ਚੱਕ ਕੇ ਕੱਲ ਇੱਕ ਲਹਿਰਜੀ ਦੇ ਵਿੱਚ ਉਹ ਜਿਵੇਂ ਪੈਰ ਥੱਲੇ ਬਟੇਰਾ ਆਇਆ ਹੁੰਦਾ ਮੰਤਰੀ ਬਣ ਗਿਆ ਸਰਕਾਰ ਬਣ ਗਈ ਤਾਂ ਅੱਜ ਉਹ ਐਡਡੀਆਂ ਇਤਿਹਾਸ ਗੌਰਮਈ ਇਤਿਹਾਸ ਵਾਲੀਆਂ ਕੌਮਾਂ ਨੂੰ ਇਸ ਤਰ੍ਹਾਂ ذلیل ਕਰੂਗਾ ਤੇ ਮੈਂ ਮੇਰੇ ਇੱਥੇ ਸ਼ਡਿਊਲ ਕਾਸ ਸਮਾਜ ਨੂੰ ਵੀ ਕਹਿਣਾ ਚਾਹਣਾ ਕਿ ਰਾਮਗੜੀਆ ਸਮਾਜ ਆਰਥਿਕ ਪੱਖੋਂ ਮਜ਼ਬੂਤ ਸਮਾਜ ਆ ਤੇ ਸੁਨਾਰ ਭਾਈਚਾਰਾ ਤਾਂ ਉਦੋਂ ਵੀ ਆਰਥਿਕ ਪੱਖੋਂ ਮਜ਼ਬੂਤ ਹੈ ਗੱਲ ਦਾ ਤੁਹਾਨੂੰ ਵੀ ਪਤਾ ਜਦੋਂ ਉਹ ਸਮਾਜ ਦੀ ਇੱਜ਼ਤ ਉਹਨਾਂ ਲਈ ਇਹ ਆ ਤਾਂ ਫਿਰ ਗਰੀਬ ਦੀ ਮਜ਼ਦੂਰ ਦੀ ਇੱਜ਼ਤ ਉਹਨਾਂ ਦੀ ਨਿਗਾਹ ਦੇ ਵਿੱਚ ਕੀ ਹੋਵੇਗੀ ਇੱਥੋਂ ਭਾਪੀ ਜਾ ਸਕਦੀ ਹੈ ਗੱਲ ਕਿ ਨਹੀਂ ਜਾ ਸਕਦੀ ਮਜਬੀ ਸੇਖਰ ਅਮਰਦਾਸ ਜੀ ਅਤੇ ਧਾਨਕਾ ਬੌਰੀਆ ਸਮਾਜ ਦੀ ਕੀ ਇੱਜ਼ਤ ਹੋਵੇਗੀ ਉਹਨਾਂ ਦੀ ਨਜ਼ਰ ਦੇ ਵਿੱਚ ਜਿਹੜੇ ਇੱਕ ਸਟਰੋਂਗ ਸਾਡਾ ਭਾਈਚਾਰਾ BC ਭਾਈਚਾਰਾ ਉਹਨੂੰ ਐਡੇ ਵੱਡੇ ਪੱਦਰ ਤੇ ਜ਼ਲੀਲ ਕਰ ਰਹੇ ਨੇ ਇਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਸੀ ਮੈਂ ਇਹ ਆਮ ਆਦਮੀ ਪਾਰਟੀ ਦੀ ਰੱਜ ਕੇ ਨਖੇਦੀ ਕਰਦਾ ਹਾਂ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਵੀ ਜਿਹੜੀ ਤੁਹਾਡੀ ਮਾਤਾ ਜੀ ਤੇ ਤੁਹਾਡੀ ਭੈਣ ਜੀ ਬਾਰੀ-ਬਾਰੀ ਗਹਿਣਿਆਂ ਦੀ ਪ੍ਰਦਰਸ਼ਨੀ ਕਰਦੇ ਨੇ ਨਾ ਹਾਰ ਦਿਖਾਉਂਦੇ ਨੇ ਕਦੇ ਬੜੀਆਂ-ਬੜੀਆਂ ਮੋਟੀਆਂ ਚੂੜੀਆਂ ਪਾ ਕੇ ਮਾਤਾ ਜੀ ਦਿਖਾਉਂਦੀ ਆ ਪ੍ਰਦਰਸ਼ਨੀ ਹੋ ਰਹੀ ਹੁੰਦੀ ਆ ਪੱਤਰਕਾਰ ਤੁਹਾਡੇ ਚੈਨਲਾਂ ਤੇ ਦੇਖ ਰਹੇ ਆ 골ਡ ਦੀਆਂ ਭਰੀਆਂ ਤੇ ਜਾ ਲਾਲ ਜੀ ਤੇ ਭੁੱਲਰ ਦੇ ਵਾਈਫ ਜਾਂ ਉਹਦੀ ਕੋਈ ਧੀ ਭੈਣ ਵੀ 골ਡ ਜ਼ਰੂਰ ਪਾਉਂਦੀ ਹੋਵੇਗੀ ਤਾਂ ਉਹ ਵੀ ਸਨਾਰ ਭਾਈਚਾਰੇ ਨੇ ਬਣਾਇਆ ਹੋਇਆ ਤੇ ਜਦੋਂ ਤੁਹਾਨੂੰ ਸਨਾਰਾ ਨਾਲ ਇੰਨੀ ਕੜਤਣ ਆ ਨਾ ਵੀ ਅਸੀਂ ਉਹਨਾਂ ਵਰਗੇ ਨਹੀਂ ਤਾਂ ਫਿਰ ਲਾ ਕੇ ਛਟਿਆ ਦੋ ਗਲੀਆਂ ਦੇ ਵਿੱਚ ਜਿਹੜੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਹਾਂ ਜਿਹਦਾ ਆਨੰਦ ਮਾਣਦੇ ਹਾਂ ਜਿਹੜੀਆਂ ਕੋਠੀਆਂ ਤੇ ਹੰਕਾਰ ਕਰਦੇ ਹਾਂ ਉਹ ਵੀ ਆਰਾਮ ਗੜੀ ਆ ਭਾਈਚਾਰੇ ਦੀ ਦੇਣਾ ਜੇ ਉਹ ਉਹ ਛੱਤ ਨਾ ਪਾਉਂਦੇ ਤਾਂ ਤੁਸੀਂ ਤੰਬੂਆਂ ਦੇ ਵਿੱਚ ਬੈਠਣਾ ਸੀ ਜੇ ਅਸਲ ਹੈ ਢੋਡੇ ਵਿੱਚ ਅਣਖ ਹੈ ਤਾਂ ਫਿਰ 골ਡ ਵੀ ਸਿੱਟੋ ਸਾਰਾ ਗੋਠੀਆਂ ਵੀ ਛੱਡੋ ਤੰਬੂਆਂ 'ਚ ਬੈਠੋ ਤਰਖਾਣਾ ਦੀ ਬਣੀ ਹੋਈ ਚੀਜ਼ ਨੂੰ ਨਾਂ ਵਰਤੋ ਸਨਾਰਾਂ ਦੀ ਬਣੀ ਹੋਈ ਚੀਜ਼ ਨੂੰ ਨਾਂ ਵਰਤੋ ਕਿਉਂਕਿ ਉਹਨਾਂ ਨੂੰ ਤੁਸੀਂ ਜਲੀਲ ਕਰਦੇ ਹੋ ਮੈਂ ਕਦੇ ਉੱਤੇ ਆ ਕੇ ਬੋਇਆ ਸੀ ਗੁੱਲੀ ਘੜਾਂ ਵਰਗੇ ਨੇ ਇਹ ਆਪਣਾ ਅਗਰੇਵਾਲ ਸਾਹਿਬ ਇਹ ਕੋਈ ਅੱਜ ਦੀ ਗੱਲ ਨਹੀਂ ਜਦੋਂ ਮਾਨਯੋ ਕਿਸੇ ਸਮੇਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸਾਹਿਬ ਗਿਆਨੀ ਜੈਲ ਸਿੰਘ ਜੀ ਬਣੇ ਸੀ ਨਾ ਉਦੋਂ ਵੀ ਉਹਨਾਂ ਨੂੰ ਕਹਿ ਕੇ ਇਹ ਉਹ ਸਦੀਆਂ ਤੋਂ ਚੱਲਿਆ ਆ ਰਿਹਾ ਉਦੋਂ ਉਹਨਾਂ ਨੂੰ ਵੀ ਗੁੱਲੀ ਘੜ ਕੇ ਕੇ ਸਬੋਧਨ ਕੀਤਾ ਗਿਆ ਇਹਨਾਂ ਦੀ ਮਾਨਸਿਕਤਾ ਹੈ ਗੁਰੂ ਜਾਤੀ ਨੂੰ ਖਤਮ ਕਰਦੇ ਚਲੇ ਗਏ ਇਹਨਾਂ ਦੀ ਮਾਨਸਿਕਤਾ ਜਉਂਦੀ ਤੋਂ ਉੱਥੇ ਖੜੀ ਆ ਜਦੋਂ ਇੱਕ ਵਧੀਆ ਸਟਰੋਂਗ ਭਾਈਚਾਰੇ BC ਭਾਈਚਾਰੇ ਨੂੰ ਆਏ ਬੋਲਦੇ ਨੇ ਤਾਂ ਇਥੋਂ ਨਜ਼ਰ ਬੜੀ ਭਾਪਿਆਂ ਪਾਪੀ ਜਾ ਸਕਦੀ ਹੈ ਗੱਲ ਕਿ ਸ਼ੈਡਿਊਲ ਕਾਸਟ ਗਰੀਬਾਂ ਪ੍ਰਤੀ ਇਹਨਾਂ ਦੀ ਕੀ ਇੱਜ਼ਤ ਹੋਵੇਗੀ ਨੰਬਰ 1 ਇਹ ਇਹ ਦੇਖਣਾ ਬਣਦਾ ਤੇ ਸੁਨਾਰ ਭਾਈਚਾਰਾ ਜਿੰਨਾ ਵੀ ਇਹ ਮੈਂ ਕਹੂੰਗਾ ਜਾਂ ਰਾਮਗੜੀਆ ਭਾਈਚਾਰਾ ਵੱਡੇ ਪੱਦਰ ਤੇ ਇਹਨਾਂ ਦਾ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਜੀ ਭਾਜੀ ਨਾਲ ਹੀ ਭਗਵਨ ਸਮਾਜ ਪਾਰਟੀ ਤੋਂ ਤੁਸੀਂ ਹੋ ਦੇ ਪੰਜਾਬ ਬਠਿੰਡੇ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਾਲਦਨ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵੱਲੋਂ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਗਿਆ ਜਿਵੇਂ ਲੋਕੇ ਵੀ ਕਹਿ ਰਹੇ ਆ ਕਿ ਸ਼੍ਰੋਮਣੀ ਕਲਦਨ ਪਤਾ ਨਹੀਂ ਕਿਸ ਚੀਜ਼ ਦੀ ਉਡੀਕ ਕਰ ਰਹੀ ਆ ਮੈਂ ਤੁਹਾਡੀ ਵੀ ਗੱਲ ਨੂੰ ਕਿ ਬਹੁਜਨ ਸਮਾਜ ਪਾਰਟੀ ਵੀ ਕਿਸ ਚੀਜ਼ ਦੀ ਉਡੀਕ ਜਿਹੜੀ ਹਾਲੇ ਤੱਕ ਕਰ ਰਹੀ ਆ ਕੋਈ ਹਾਲੇ ਤੱਕ ਆਪਣਾ ਕੋਈ ਉਮੀਦਵਾਰ ਕੈਂਡੀਡੇਟ ਜਿਹੜਾ ਉਹ ਨਹੀਂ एलानਿਆ ਗਿਆ ਜਲਦੀ एलान ਹੋ ਜਾਊਗਾ ਗਰੇਵਾਲ ਸਾਹਿਬ ਜਲਦੀ एलान ਹੋ ਜੂ ਪਰ ਮੈਨੂੰ ਹਰਾਨੀ ਬੜੀ ਹੁੰਦੀ ਆ ਕਿ ਪੰਜਾਬ ਦੀਆਂ ਜਿੰਨੀਆਂ ਬਠਿੰਡਾ ਲੋਕ ਸਭਾ ਦੇ ਵਿੱਚ 15 15.5 ਲੱਖ ਦੇ ਕਰੀਬ ਵੋਟ ਹੋਵੇਗੀ ਪੰਜਾਬ ਦੀਆਂ ਸਾਰੀਆਂ ਬਠਿੰਡਾ ਲੋਕ ਸਭਾ ਦੀ ਵਿਧਾਨ ਸਭਾ ਦੀਆਂ ਇੰਨੀ ਵੋਟ ਹੋਵੇਗੀ ਜਿਹਦੇ ਵਿੱਚ ਸਭ ਤੋਂ ਵੱਡੇ ਪੱਦਰ ਤੇ BC ਭਾਈਚਾਰਾ ਫਿਰ ਸ਼ੈਡਿਊਲ ਕਾਸਟ ਭਾਈਚਾਰਾ ਵੱਡੇ ਪੱਦਰ ਤੇ ਆ ਭਾਈ ਪਿੰਡਾਂ ਦੇ ਪਿੰਡ ਭਰੇ ਪਏ ਨੇ ਕਿਸੇ ਵੀ ਪਾਰਟੀ ਨੇ ਮੈਂ ਕਹਿਣਾ ਮੈਂ ਕਿਸੇ ਕਾਸਟ ਦਾ ਵਿਰੋਧੀ ਨਹੀਂ ਕਿਸਾਨਾਂ ਦੇ ਮੁੰਡਿਆਂ ਨਾਲ ਮੇਰੀ ਬੜੀ ਮਿੱਤਰਤਾ ਬੜੇ ਅਸੀਂ ਇਕੱਠੇ ਰਹਣੇ ਆ ਪਰ ਤੁਸੀਂ ਦੇਖੋ ਮੈਂ ਪੰਜੇ ਛੇ ਪਾਰਟੀਆਂ ਦਾ ਨਾਂ ਲੈਣਾ ਪੰਜੇ ਚੀਏ ਪਾਰਟੀਆਂ ਨੇ ਇੱਕ ਕਾਸਟ ਨੂੰ ਪ੍ਰੋਮੋਟ ਕੀਤਾ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਖੁੱਡੀਆਂ ਸਾਹਿਬ ਸਰਦਾਰ ਆਗੇ ਸਾਨੂੰ ਸਾਰਿਆਂ ਨੂੰ ਪਤਾ ਜੇ ਗੱਲ ਸਰਦਾਰ ਜੀਤ ਸਿੰਘ ਮਿੰਦਰ ਸਿੰਘ ਦੀ ਕਰ ਲਈਏ ਕਾਂਗਰਸ ਉਹ ਵੀ ਸਰਦਾਰ ਆਗੇ ਜੇ ਗੱਲ ਮੈਂ ਕਰ ਲਾਂ ਬੀਬਾ ਹਰਸਿਮਰਤ ਜੀ ਕਹਿ ਰਹੀ ਆ ਉਹ ਸਟੇਟਮੈਂਟ ਦੇ ਰਹੇ ਨੇ ਵੀ ਮੈਂ ਇੱਥੋਂ ਹੀ ਚੋਣ ਲੜਾਂਗੀ ਲਗਭਗ ਤੈਅ ਵੀ ਆ ਉਹ ਵੀ ਸਰਦਾਰ ਆਗੇ ਜੇ ਗੱਲ ਮੈਂ ਆ ਤੀਜਾ ਹੁਣ ਮਾਨਦਲ ਨੇ ਐਲਾਨ ਕੀਤਾ ਲੱਖਾ ਸੌਂਦਾ ਉਹ ਵੀ ਇਸੇ ਭਾਈਚਾਰੇ ਦੇ ਵਿੱਚੋਂ ਹੀ ਆਗੇ ਜੇ ਗੱਲ ਹੁਣ ਮੈਂ ਤਾਜੀ ਨਵੀਂ ਮਤਲਬ ਕਿ ਜੋੜੀ ਬਣੀ ਆ ਮਲੂਕੇ ਦੀ ਨੋਂ ਗਈ ਆ ਉਧਰ ਉਹ ਵੀ ਉਸੇ ਕਾਸਟ ਚੋਂ ਆਗੇ ਯਾਨੀ ਕਹਿਣ ਦਾ ਮਤਲਬ ਸਾਰੀਆਂ ਪਾਰਟੀਆਂ ਨੇ ਇੱਕ ਬਰਾਦਰੀ ਨੂੰ ਹੀ ਪ੍ਰੋਮੋਟ ਕੀਤਾ ਬਠਿੰਡਾ ਲੋਕ ਸਭਾ ਦੇ ਵਿੱਚ ਕੋਈ BC ਭਾਈਚਾਰੇ ਨੂੰ ਕੋਈ ਸਨਮਾਨ ਨਹੀਂ ਦੇ ਸਕਦੀਆਂ ਸੀ ਇਹ ਪਾਰਟੀਆਂ ਕਈ ਕੋਈ ਸ਼ਡਿਊਲ ਕਾਸਟ ਭਾਈਚਾਰੇ ਨੂੰ ਸਨਮਾਨ ਨਹੀਂ ਦੇ ਸਕਦੀਆਂ ਸੀ ਕੀ ਕੀ ਸਾਬਤ ਕਰਨਾ ਚਾਹੁੰਦੀਆਂ ਨੇ ਇਹ ਕਿ ਵੀ ਦੂਸਰਾ ਭਾਈਚਾਰੇ ਦੀ ਕੋਈ ਵੀ ਚਾਹੇ ਬੀਸੀ ਆ ਸੋਨਾਰ ਭਾਈਚਾਰਾ ਚਾਹੇ ਰਾਮਗੜੀ ਆ ਭਾਈਚਾਰਾ ਚਾਹੇ ਪਰਜਪਤਾ ਚਾਹੇ ਰਮਦਾਸੀ ਆ ਸਿੱਖਾ ਚਾਹੇ ਧਾਨਕਾ ਬੌਰੀਆ ਸੈਂਸੀ ਗੁਰੂ ਤਾਂ ਗਰੀਬਾਂ ਨੂੰ ਪਾਸ਼ਾ ਹੀ ਦੇਣ ਦੀ ਗੱਲ ਕਰਦਾ ਸੀ ਗੁਰੂ ਤਾਂ ਕਹਿੰਦਾ ਸੀ ਇਨ ਗਰੀਬਨ ਸਿੱਖਨ ਕੋ ਦੂਮ ਪਾਸ਼ਾਈ ਯਾਦ ਕਰੇ ਹਮਰੀ ਗੁਰਿਆਈ ਇਨੀ ਹੀ ਕੀ ਕਿਰਪਾ ਸੇ ਹਮ ਸਜੇ ਹ ਗੁਰੂ ਨੇ ਤਾਂ ਮਾਣ ਹੀ ਬਹੁਤ ਦਿੱਤਾ ਸੀ ਤੇ ਇਹ ਗਰੀਬਾਂ ਨੂੰ ਛੱਡ ਕੇ ਰਜਵਾੜਿਆਂ ਨੂੰ ਇਹਨਾਂ ਦੀਆਂ ਪਾਰਟੀਆਂ ਟਿਕਟਾਂ ਦਿੰਦੀਆਂ ਨੇ ਸਰਦਾਰਾਂ ਨੂੰ ਟਿਕਟ ਦਿੰਦੀਆਂ ਨੇ ਕਿਸੇ ਵੀ ਪਾਰਟੀ ਨੇ ਚਾਹੇ ਉਹ ਆਮ ਆਦਮੀ ਹੋਵੇ ਚਾਹੇ ਕਾਲੀ ਦਲ ਹੋਵੇ ਚਾਹੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੋਵੇ ਮੈਨੂੰ ਤੁਸੀਂ ਆਪਦੇ ਚੈਨਲ ਤੇ ਦੱਸ ਦਿਓ ਜਾਂ ਪੰਜਾਬ ਦੀ ਜਨਤਾ ਬਠਿੰਡਾ ਲੋਕ ਸਭਾ ਦੀ ਜਨਤਾ ਇਹ ਦੱਸ ਦੇ ਕਿ ਜਿਹੜੇ ਪੰਜੇ ਛੀਏ ਉਮੀਦਵਾਰ ਆਏ ਨੇ ਇੱਕ ਕਾਸਟ ਦੇ ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਕ ਜਾਤੀ ਦੇ ਉਹ ਨਹੀਂ ਹੈਗੇ ਤਾ ਫਿਰ ਮੈਂ ਕਹਿਣਾ ਚਾਹਣਾ ਐਸਸੀ ਬੀਸੀ ਆਪਸ ਸਮਝੌਤਾ ਕਿਉਂ ਨਹੀਂ ਕਰ ਸਕਦੇ ਹਿੰਦੂ ਭਾਈਚਾਰਾ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਇਗਨੋਰ ਕੀਤਾ ਗਿਆ ਜਿਹੜੇ ਲੰਬੇ ਸਮੇਂ ਤੋਂ ਲੜਾਈਆਂ ਲੜਾਈ ਜਾਂਦੇ ਸੀ ਬੜੀ ਆਸ ਸੀ ਬੀਜੇਪੀ ਚੋਂ ਅੱਜ ਇੱਕ ਹਿੰਦੂ ਭਾਈਚਾਰਾ ਆਰਥਿਕ ਪੱਖੋਂ ਭਮਾਂ ਦੀ ਕਿੰਨਾ ਮਰਜੀ ਸਟਰੋਂਗ ਬਹੁਤ ਸਬ ਆਤਸ ਪੱਖੋਂ ਪੂਰੀਆਂ ਕਲਾਸਾਂ ਸਪੂਰਨ ਨੇ ਪਰ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਇਗਨੋਰ ਸ਼ਡਿਊਲ ਕਾਸ ਸਮਾਜ ਦੀ ਮੇਰਾ ਕੱਲ 6 ਲੱਖ ਵੋਟ ਹੋਵੇਗੀ ਬਠਿੰਡਾ ਲੋਕ ਸਭਾ ਦੇ ਵਿੱਚ ਇੱਕ ਪਾਰਟੀ ਨੇ ਵੀ ਸ਼ਡਿਊਲ ਕਾਸਟ ਤੇ ਵਿਸ਼ਵਾਸ ਨਹੀਂ ਕੀਤਾ ਇੱਕ ਪਾਰਟੀ ਨੇ ਵੀ BC ਭਾਈਚਾਰੇ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਫਿਰ ਮੈਂ ਇਹ ਸਾਡੇ ਸਮਾਜ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਉਹਨਾਂ ਨੂੰ ਵੋਟਾਂ ਕਿਹੜੇ ਹੌਸਲੇ ਪਾਉਂਗੇ ਤੁਹਾਡੇ ਇੱਕ ਵੀ ਮੈਂਬਰ ਨੂੰ ਉਹ ਨਿਮੰਦਗੀ ਦੇਣ ਨੂੰ ਦੇਣਾ ਪਸੰਦ ਨਹੀਂ ਕਰਦੇ ਇੱਕ ਵੀ ਮੈਂਬਰ ਨੂੰ ਟਿਕਟ ਦੇਣਾ ਪਸੰਦ ਨਹੀਂ ਕਰਦੇ ਤੁਹਾਡੇ ਰੈਬਰਾਂ ਨੂੰ ਔਰ ਮੰਨਣਾ ਪਸੰਦ ਨਹੀਂ ਕਰਦੇ ਟੋਡੀਆਂ ਅੱਜ ਕੋਈ ਵੀ ਪਾਰਟੀ ਸਤਾ ਦੇ ਵਿੱਚ ਆਈ ਆ ਸਭ ਨੇ ਮਜ਼ਦੂਰਾਂ ਦਾ ਰੱਜ ਕੇ ਸ਼ੋਸ਼ਨ ਕੀਤਾ ਕਿਰਤੀ ਲੋਕਾਂ ਬਾਰੇ ਕਿਸੇ ਨੇ ਨਹੀਂ ਸੋਚਿਆ ਤਾਂ ਇਹ ਸਾਡਾ ਸੋਚਣਾ ਬਣਦਾ ਵੋਟ ਕੇਂਦਰ ਦੇ ਬਾਹਰ ਲਿਖਿਆ ਹੁੰਦਾ ਮਤਦਾਨ ਮਤਦਾਨ ਦਾ ਮਤਲਬ ਹੁੰਦਾ ਅਕਲ ਦਾਾਨ 5 ਸਾਲ ਬਾਅਦ ਹਰੇਕ ਮਨੁੱਖ ਨੇ ਆਪਦੀ ਅਕਲ ਦਾਾਨ ਕਰਨਾ ਹੁੰਦਾ ਤੇ ਮੈਂ ਫੇਰ ਕਹੂੰਗਾ ਵੀ 1 ਜੂਨ ਨੂੰ ਜਿਹੜਾ ਐਸਸੀਬੀਸੀ ਸਮਾਜ ਆ ਮੇਰਾ ਜਿਹੜਾ ਮਹਾਜਨ ਭਾਈਚਾਰਾ ਉਹ ਜ਼ਰੂਰ ਸੋਚੇ ਕਿ ਇਹ ਪਾਰਟੀਆਂ ਤੁਹਾਨੂੰ ਕੋਈ ਮਾਨਤਾ ਦਿੰਦੀਆਂ ਕਿ ਕੱਲਾ ਵੋਟਾਂ ਲਈ ਵਰਤਦੀਆਂ ਕਿ ਸਿਰਫ ਸਰਦਾਰਾਂ ਨੂੰ ਲੜਾਉਣ ਜਾਂਦੀਆਂ ਕੋਈ ਹੋਰ ਕੈਟਾਗਰੀ ਕੋਈ ਹੋਰ ਭਾਈਚਾਰਾ ਇਹਨਾਂ ਨੂੰ ਭਾਉਂਦੇ ਹੀ ਨਹੀਂ ਇਸ ਕਰਕੇ ਮੈਂ ਇਹਨਾਂ ਦੀ ਇਸ ਜਿਹੜੀ ਪਾਲਿਸੀ ਦੀ ਵੀ ਨਖੇਦੀ ਕਰਦਾ ਕਿ ਸਾਰੇ ਭਾਈਚਾਰਿਆਂ ਨੂੰ ਸਨਮਾਨ ਦੇਣਾ ਚਾਹੀਦਾ ਭੋਜਨ ਸਮਾਜ ਪਾਰਟੀ ਦੀ ਇਹ ਸੋਚ ਰਹੂਗੀ ਕਿ ਇਹਨਾਂ ਤੋਂ ਹਟ ਕੇ ਜਿਹੜੇ ਭਾਈਚਾਰੇ ਇੱਕੋ ਭਾਈਚਾਰਾ ਸਾਰੀਆਂ ਪਾਰਟੀਆਂ ਨੇ ਤਾਰਿਆ ਇਹਨਾਂ ਤੋਂ ਹਟ ਕੇ ਅਸੀਂ ਇੱਥੋਂ ਉਮੀਦਵਾਰ ਤਾਰਨ ਦੀ ਕੋਸ਼ਿਸ਼ ਕਰਾਂਗੇ ਤੇ ਆਸ ਕਰਦਾ ਕਿ ਸਮਾਜ ਐਸੀਬੀਸੀ ਸਮਾਜ ਇਹ ਇਹ ਪਰਖੇ ਹੋਏ ਲੋਕਾਂ ਨੂੰ ਛੱਡ ਕੇ ਉਹ ਸਾਨੂੰ ਮੌਕਾ ਜ਼ਰੂਰ ਦੇਵੇਗਾ ਸਾਰੇ ਜਿਹੜੇ ਵੀ ਕੈਂਡੀਡੇਟ ਨੇ ਹਾਲਾਂਕਿ ਤੁਸੀਂ ਇੱਕ ਨਾਰਾਜ਼ਗੀ ਜ਼ਾਹਰ ਜ਼ਰੂਰ ਕੀਤੀ ਹੈ ਕਿ ਐਸ்சிਬੀਸੀ ਕਿਸੇ ਵੀ ਉਮੀਦਵਾਰ ਤੇ ਵਿਸ਼ਵਾਸ ਕਿਉਂ ਨਹੀਂ ਕੀਤਾਗਾ ਚਾਹੇ ਸਾਰੇ ਉਮੀਦਵਾਰਾ ਚਾਹੇ ਉਹਨਾਂ ਦੇ ਵਿੱਚ ਲਖਤ ਸਿੰਘ ਸਿਧਾਣਾ ਜਿਹੜੇ ਸਮਰਥਨ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਸਮਰਥਨ ਦੇ ਤੌਰ ਤੇ ਲੜ ਰਹੇ ਉਹ ਵੀ ਸਾਰੇ ਇਹੋ ਕਹਿੰਦੇ ਕਿ ਜੀ ਹਰ ਭਾਈਚਾਰੇ ਦੀ ਗੱਲ ਕਰਦੇ ਆਂ ਅਸੀਂ ਕੋਈ ਇੱਥੇ ਨਹੀਂ ਕਿ ਉੱਚੇ ਭਾਈਚਾਰੇ ਦੀ ਗੱਲ ਵੱਧ ਕਰਦੇ ਆਂ ਜਾਤੀ ਦੀ ਗੱਲਾਂ ਜਾਂ ਹੇਠਲੀ ਜਾਤੀ ਦੀ ਗੱਲ ਨਹੀਂ ਕਰਦੇ ਉਹ ਕਹਿੰਦੇ ਕਿ ਸਾਰੇ ਭਾਈਚਾਰੇ ਦੀ ਗੱਲ ਅਸੀਂ ਬਰਾਬਰ ਕਰਦੇ ਆਂ ਕੱਲਾ ਇਹਨਾਂ ਨੂੰ ਹੀ ਠੇਕਾ ਦਿੱਤਾ ਹੋਇਆ ਕੱਲਾ ਇਹਨਾਂ ਕੋਲ ਹੀ ਠੇਕਾ ਵੀ ਸਾਰੇ ਭਾਈਚਾਰਿਆਂ ਦੀ ਗੱਲ ਇਹੀ ਕਰ ਸਕਦੇ ਨੇ ਸ਼ੈਡੂਲ ਕਾਸ ਨਹੀਂ ਸਾਰੇ ਭਾਈਚਾਰਿਆਂ ਦੀ ਗੱਲ ਕਰ ਸਕਦਾ ਬੀਸੀ ਭਾਈਚਾਰੇ ਦਾ ਮੁੰਡਾ ਕੋਈ ਰਾਮਗੜੀਏ ਭਾਈਚਾਰੇ ਦਾ ਮੁੰਡਾ ਕੋਈ ਟਾਂਕ ਛਤਰੀ ਜਿਹਨਾਂ ਨੂੰ ਅਸੀਂ ਸ਼ਿੰਬਾ ਭਾਈਚਾਰਾ ਕਹਿ ਲੈਂਦੇ ਹਾਂ ਉਹਨਾਂ ਦਾ ਮੁੰਡਾ ਨਹੀਂ ਸਾਰੇ ਭਾਈਚਾਰਿਆਂ ਦੀ ਗੱਲ ਕਰਦਾ ਕਿ ਇਹਨਾਂ ਨੂੰ ਕਿਤੋਂ ਲਾਇਸੈਂਸ ਜਾਰੀ ਹੋਇਆ ਕਿਤੋਂ ਲਾਇਸੈਂਸੀ ਇਸ਼ੂ ਹੋਇਆ ਵੀ ਕੱਲਾ ਇਹੀ ਪੰਜਾਬ ਦੀ ਜਨਤਾ ਦੀ ਸੇਵਾ ਕਰ ਸਕਦੇ ਨੇ ਜਾਂ ਪੰਜਾਬ ਦਾ ਜਨਤਾ ਦਾ ਭਲਾ ਕਰ ਸਕਦੇ ਨੇ ਸਾਰੇ ਭਾਈਚਾਰਿਆਂ ਦੀ ਗੱਲ ਇਹ ਸਰਦਾਰੀ ਕਰਨਗੇ ਗਰੀਬ ਨਹੀਂ ਕਰ ਸਕਦਾ ਕੋਈ ਜ਼ਰੂਰੀ ਨਹੀਂ ਹੈਗੀ ਵੀ ਜੇ ਕੋਈ ਕਿਸੇ ਕੋਲੇ ਜ਼ਮੀਨਾਂ ਜਾਦੇ ਆ ਵੀ ਉਹਦਾ ਬ੍ਰੇਨ ਜ਼ਿਆਦੇ ਆ ਉਹਦਾ ਦਿਮਾਗ ਜ਼ਿਆਦੇ ਆ ਇਹ ਮਤਲਬ ਲਕਿ ਕੋਈ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਛੋਟੇ ਘਰਾਂ ਦੇ ਵਿੱਚ ਉਹ ਵੀ ਮੁੰਡੇ ਆ ਆਈਐਸ ਆਈਪੀਐਸ ਬਣੇ ਨੇ ਅੱਛੇ ਬ੍ਰੇਨ ਰੱਖਦੇ ਨੇ ਤਾਂ ਉਹਨਾਂ ਨੂੰ ਸਨਮਾਨ ਦੇਣਾ ਅਤਿ ਜ਼ਰੂਰੀ ਨਹੀਂ ਸੀ ਕੋਈ ਇੰਨਾ ਰਜਵਾੜਿਆਂ ਨੇ ਕੱਲਿਆਂ ਨੇ ਠੇਕਾ ਨਹੀਂ ਲਿਆ ਹੂੰ ਕਿ ਤੁਸੀਂ 6 ਸੱਤੇ ਸਰਦਾਰ ਖੜੇ ਕਰ ਦੋ ਤੇ ਤੁਸੀਂ ਮੁੜ ਕੇ ਮੰਗੋ ਸਾਡੇ ਵਾਲਿਆਂ ਨੂੰ ਐਸ்சி ਬੀਸੀ ਨੂੰ ਵੱਡੇ ਪਦਰ ਤੇ ਤੁਸੀਂ ਵੋਟਾਂ ਲਈ ਵਰਤੋ ਮੈਂ ਤਾਂ ਹੁਣ ਵੀ ਕਹਿਣਾਗਾ ਕਿ ਜਿਹੜਾ ਲਾਲਜੀਤ ਭੁੱਲਰ ਨੇ ਬੋਲਿਆ ਜਿੰਨਾ ਵੀ ਐਸ்சி ਬੀਸੀ ਸਮਾਜ ਉਹਨਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਸੀ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਸੀ ਪਰ ਖਮੋਸ਼ ਨੇ ਅੱਜ ਪਿੰਡਾਂ ਦੇ ਵਿੱਚ ਖੁੱਡੀਆਂ ਸਾਹਿਬ ਬਿਨਾਂ ਸਿਕਿਉਰਿਟੀ ਤੋਂ ਜਾ ਕੇ ਦੇਖੇ ਆ ਬੀਜੇਪੀ ਵਾਲੇ ਜਾ ਕੇ ਦੇਖਣਾ ਆ ਮੈਡਮ ਪਰਮਪਾਲ ਜੀ ਨੇ ਮਲੂਕਾ ਇਹ ਸਾਰੇ ਰਲੇ ਮਿਲੇ ਨੇ ਇਹ ਜਾ ਕੇ ਦੇਖਣ ਬਿਨਾ ਸਕਿਉਰਿਟੀ ਤੋਂ ਬਾਈ ਜੀ 2-200 ਬੰਦਾ ਪਹਿਲਾਂ ਪੁਲਿਸ ਦਾ ਲੱਗਦਾ ਫਿਰ ਕਿਤੇ 50-60 ਬੰਦਿਆਂ ਦੀ ਮੀਟਿੰਗ ਕਰਦੇ ਨੇ ਬੁਰਾ ਹਾਲਾ ਖੁੱਡੀਆਂ ਸਾਹਿਬ ਦਾ ਹਰੇਕ ਪਾਰਟੀ ਦਾ ਭਾਜਪੀ ਦਾ ਕਿਉਂਕਿ ਬੜੇ ਕਿਸਾਨ ਇਹਨਾਂ ਨੇ ਬਲੀ ਚੜਾਏ ਨੇ ਇਹ ਇਹ ਇਹਨਾਂ ਦਾ ਹਰ ਥਾਂ ਦੇ ਉੱਤੇ ਵਿਰੋਧ ਆ ਜਿਹੜੀ ਤੁਸੀਂ ਗੱਲ ਕਰੀ ਲੱਖੇ ਸਿਧਾਣੇ ਦੀ ਵੀ ਮੈਂ ਹਰ ਬੰਦਿਆਂ ਦੀ ਹਰ ਸਮਾਜ ਦੀ ਗੱਲ ਕਰਦਾ ਮੈਨੂੰ ਇਹ ਪੁੱਛਣਾ ਚਾਹਣਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਯਾਰ ਪੰਜਾਬ ਦੀ ਰਾਜਨੀਤੀ ਇੰਨੀ ਗੰਧਲੀ ਕਿਵੇਂ ਹੋ ਗਈ ਅਸੀਂ ਦੇਖਿਆ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਲੱਖਾਂ ਸਦਾਣਾ ਸਾਡੇ ਝੰਡੇ ਥੱਲੇ ਝੋਣ ਲੜੂ ਤੁਸੀਂ ਵੀ ਸੁਣਿਆ ਹੋ ਸ਼ਾਇਦ ਸਾਰਿਆਂ ਨੇ ਸੁਣਿਆ ਪੰਜਾਬ ਨੇ ਸੁਣਿਆ ਲੱਖਾਂ ਕਹਿੰਦਾ ਮੈਂ ਭਗਤ ਸਿੰਘ ਦੀ ਸੋਚ ਦੀ ਲੜਾਈ ਲੜਦਾ ਸਦਾ ਭਗਤ ਸਿੰਘ ਜੀ ਦੀ ਸੋਚ ਦੀ ਲੜਾਈ ਲੜਦਾ ਭਗਤ ਸਿੰਘ ਦੇ ਨਾਰੇ ਵੀ ਲੱਖਾਂ ਹਰੇਕ ਸਟੇਜ ਤੇ ਲਾਉਂਦਾ ਤੇ ਜਿਹਦੀ ਪਾਰਟੀ ਦਾ ਸਮਰਥਨ ਲਿਆ ਜਿਹਦੀ ਝੰਡੇ ਥੱਲੇ ਲੜੂ ਉਹ ਭਗਤ ਸਿੰਘ ਨੂੰ ਅੱਤਵਾਦੀ ਦੱਸਦਾ ਫਿਰ ਪਹਿਲਾਂ ਬਹਿ ਕੇ ਆਪ ਹੀ ਵੀ ਬੇਵントਬੰਦੀ ਕਰ ਲੈਣਾ ਕੋਈ ਵਿਚਾਰਧਾਰਾ ਮਿਲਦੀ ਹੈ ਕਿ ਵੋਟਾਂ ਲਈ ਬਸ ਸਿਰਫ ਇੱਕ ਸੌਦੇਬਾਜ਼ੀ ਕੀਤੀ ਹੈ ਇੱਕ ਸਮਝੌਤਾ ਕੀਤਾ ਵੀ ਲੋਕਾਂ ਨੂੰ ਵਰਤੀਏ ਜਾਂ ਲੱਖਾ ਸਟੇਟਮੈਂਟ ਇਹ ਦੇਵੇ ਮੇਰੀ ਬਾਤ ਜੇ ਉਹਦੇ ਤੱਕ ਜਾਵੇ ਕਿ ਤੂੰ ਸਿਮਰਜੀਤ ਸਿੰਘ ਮਾਨ ਦੀ ਇਸ ਗੱਲ ਨਾਲ ਸਹਿਮਤ ਆ ਵੀ ਭਗਤ ਸਿੰਘ ਸੰਧੂ ਤੁਸੀਂ ਵੀ ਅੱਤਵਾਦੀ ਕਹਿਣਾ ਵੱਖਵਾਦੀ ਕਹਿਣਾ ਉਹਦੀ ਇਸ ਗੱਲ ਨਾਲ ਸਹਿਮਤ ਆ ਤੇ ਜੇ ਨਹੀਂ ਸਹਿਮਤ ਤਾਂ ਮੈਂ ਕਹਣਾ ਇਹ ਲੋਕਾਂ ਨੂੰ ਯਾਰ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਇੱਕੋ ਕੈਟਾਗਰੀ ਦੇ ਖੜੇ ਕਰਕੇ ਸਾਡੇ ਤੇ ਥੋਪੇ ਗਏ ਨੇ ਐਸੀ ਬੀਸੀ ਸਮਾਜ ਨੂੰ ਖਾਸ ਕਰਕੇ ਗਰੀਬ ਕਿਸਾਨ ਨੂੰ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦਾ ਮੈਂ ਤਾਂ ਸਿਮਰਜੀਤ ਸਿੰਘ ਮਾਨ ਬਰੇ ਤੁਹਾਨੂੰ ਕਹੂੰਗਾ ਐਮਪੀ ਨੇ ਲੋਕ ਵੋਟ ਪਾਉਂਦੇ ਨੇ ਆ ਪਿਛਲੇ ਦਿਨੀ ਇੱਕ ਬੜਾ ਸੋਸ਼ਲ ਮੀਡੀਆ ਤੇ ਬਿਆਨ ਚੱਲਿਆ ਬੋਲ ਰਿਹਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦੇ ਭਗਤ ਭਗਤ ਰਿਵਦਾਸ ਦੀ ਬਾਣੀ ਹੈ ਉਹ ਮਾਨ ਸਾਹਿਬ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੀ ਤੋਡੀ ਉਮਰ ਬਹੁਤ ਹੋ ਗਈ ਅਸੀਂ ਗੱਲ ਕਰਦੇ ਵੀ ਚੰਗੇ ਨਹੀਂ ਸਮਝਦੇ ਤੁਹਾਡੀ ਉਮਰ ਦਾ ਲਿਆਜ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨੀਆਂ ਪੰਜਾਬ ਦੇ ਵਿੱਚ ਭਾਈਚਾਰੇ ਨੇ ਸਰਬਸਾਂਝਾ 36 ਰਹਿਵਰ ਵੱਖ-ਵੱਖ ਭਾਈਚਾਰਿਆਂ ਦੇ ਉਹਨਾਂ ਦੇ ਵਿੱਚ ਵਿਰਾਜ਼ਮਾਨ ਨੇ ਤੇ ਤੁਸੀਂ ਝਟ ਕੇ ਤਾਂ ਸਾਡੇ ਸ੍ਰੀ ਗੁਰਗ੍ਰੰਥ ਸਾਹਿਬ 'ਚ ਮੁੱਲ ਖਰੀਦਿਆ ਹੋਇਆ ਤੁਹਾਡੇ ਇਹ ਕਿਉਂ ਭੁੱਲਦੇ ਨੇ ਪੰਜਾਬ ਦੇ ਲੋਕ ਕਿ ਅਰੂੜ ਸਿੰਘ ਜਿਹੜਾ 1919 ਦਾ ਵੱਡਾ ਪੰਜਾਬ ਦੇ ਵਿੱਚ ਸਾਾਕਾ ਹੋਇਆ ਸੀ ਵੱਡੇ ਪੱਦਰ ਦੇ ਉੱਤੇ ਪੰਜਾਬੀ ਮਾਰੇ ਗਏ ਸੀ 1919 ਦੇ ਵਿੱਚ ਜ਼ਿਲ੍ਹਾ ਆਲਾ ਬਾਗ ਅਸੀਂ ਦੇਖਦੇ ਆਂ ਪੰਜਵੀਂ ਕਲਾਸ ਦੇ ਵਿੱਚ ਅਸੀਂ ਪੜ੍ਹਦੇ ਵੀ ਆਂ ਖੂਹਾਂ ਦੇ ਵਿੱਚ ਡੇਗੇ ਗਏ ਉਹ ਜਰਨਲ ਡਾਇਰ ਜ਼ੁਲਮ ਕਰਨ ਵਾਲਾ ਸਰਦਾਰ ਸਿਮਰਜੀਤ ਸਿੰਘ ਮਾਨ ਖੁਦ ਮੰਨੇ ਨੇ ਵੀ ਮੇਰੇ ਨਾਨੇ ਨੇ ਜਰਨਲ ਡਾਇਰ ਨੂੰ ਹਰਮੰਦਰ ਸਾਹਿਬ ਦੇ ਵਿੱਚੋਂ ਸਰੂਪਾ ਭੇਟ ਕਰਾਇਆ ਬੜੀ ਸ਼ਰਮ ਦੀ ਗੱਲ ਆ ਯਾਰ ਤੇ ਫੇਰ ਕਹਿੰਦੇ ਸਰੂਪਾ ਭੇਟ ਕਰਨ ਦਾ ਤਰਕ ਪਤਾ ਕੀ ਦੱਸਿਆ ਕਹਿੰਦੇ ਜਰਨਲ ਡਾਇਰ ਗੁੱਸੇ ਚ ਸੀ ਉਹਨੂੰ ਅਸੀਂ ਠੰਡਾ ਕਰ ਰਹੇ ਸੀ ਇੱਕ ਗਰੇਵਲ ਸਾਹਿਬ ਇਹ ਤਾਂ ਚਲੋ ਚਲਦੀਆਂ ਆਈਆਂ ਇਹਨਾਂ ਦੀਆਂ ਵਧੀਕੀਆਂ ਇੱਕ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਬੜੀ ਮੇਰਾ ਪੰਜਾਬ ਦੀ ਜਨਤਾ ਤੁਹਾਡੇ ਚੈਨਲ ਦਾ ਬਹੁਤ ਵੱਡਾ ਨਾਮ ਆ ਕਿ ਪੰਜਾਬ ਦੇ ਵਿੱਚ ਅੱਤਵਾਦ ਰਿਹਾ ਵੱਡਾ ਸੰਤਾਪ ਲੱਖਾਂ ਭੈਣਾਂ ਦੇ ਸਹਾਰਾ ਗੁਜੜੇ ਲੱਖਾਂ ਮਾਵਾਂ ਦੇ ਪੁੱਤ ਮਰੇ ਬਾਦਲ ਸਾਹਿਬ ਦਾ ਲੰਬਾ ਰਾਜ ਰਿਹਾ ਬਰਨਾਲਾ ਸਾਹਿਬ ਵੀ ਰਹੇ ਜਗਦੇਵ ਸਿੰਘ ਤਲਵੰਡੀ ਸਾਹਿਬ ਵੀ ਰਹੇ ਜੋ ਤੇਰਾ ਟਾਹੜਾ ਸਾਹਿਬ ਵੀ ਰਹੇ ਸਰਦਾਰ ਸਿਮਰਜੀਤ ਸਿੰਘ ਮਾਨ ਰਹੇ ਇੰਨਾ ਇੰਨਾਂ ਦੀਆਂ ਹਕੂਮਤਾਂ ਦੇ ਵਿੱਚ ਉਸ ਸਮੇਂ ਹਜ਼ਾਰਾਂ ਪੰਜਾਬ ਹਜ਼ਾਰਾਂ ਛੱਡ ਯਾਰ ਲੱਖਾਂ ਮੁੰਡੇ ਪੰਜਾਬ ਜਸਵੰਤ ਸਿੰਘ ਖਾਲੜੇ ਵਰਗਿਆਂ ਨੇ ਕੋਸ਼ਤ ਕੀਤੇ ਲਾਵਾਰ ਸਲਾਸ਼ਾਂ ਲੱਖਾਂ ਹੀ ਮੁੰਡਾ ਮਰਿਆ ਪੰਜਾਬ ਦਾ ਉਸ ਕਾਲੇ ਦੌਰ ਦੇ ਵਿੱਚ ਮੈਂ ਕਿਹਾ ਇੰਨਾਂ ਵਾਸਤੇ ਗੋਲੀ ਕਿਉਂ ਨਹੀਂ ਬਣੀ ਕੇ ਦੇ ਕੋਈ ਇਹ ਆਪਦੀ ਪੂਰੀ ਉਮਰ ਭੋਗ ਕੇ ਕਿਵੇਂ ਮਰੇ ਬਾਦਲ ਸਾਹਿਬ ਵੀ ਪੂਰੀ ਭੋਗ ਕੇ ਗਏ ਨੇ ਤਲਵੰਡੀ ਸਾਹਿਬ ਵੀ ਪੂਰੀ ਭੋਗ ਕੇ ਗਏ ਨੇ ਗੁਰਚਰਨ ਸਿੰਘ ਜਥੇ ਆਪਣਾ ਟੌੜਾ ਸਾਹਿਬ ਉਹ ਵੀ ਪੂਰੀ ਭੋਗ ਕੇ ਗਏ ਮੈਂ ਨਹੀਂ ਕਹਿੰਦਾ ਪਹਿਲਾਂ ਵੀ ਇੰਨਾ ਦੀਆਂ ਹਕੂਮਤਾਂ ਦੇ ਵਿੱਚ ਅੱਤਵਾਦ ਆ ਗਿਆ ਅੱਤਵਾਦ ਆ ਗਿਆ ਸਿਮਰਜੀਤ ਸਿੰਘ ਮਾਨ ਖਾਲਸਤਾਨ ਦਾ ਸ਼ਰਿਆਮ ਨਾਰਾ ਲਾਉਂਦਾ ਬੁਲੰਦ ਕਰਦਾ ਕੋਈ ਪਰਚਾ ਨਹੀਂ ਤੁਸੀਂ ਲਾ ਕੇ ਦੇਖ ਲਓ ਆ ਚੈਨਲ ਤੇ ਹੁਣੀ ਲਾ ਕੇ ਦੇਖ ਲਓ ਹੁਣੀ ਲੈ ਜਾਣਗੇ ਚੱਕ ਕੇ ਮੈਂ ਲਾਲਾ ਮੇਰੇ ਤੇ ਪਰਚਾ ਹੋ ਜੂ ਇਹਨਾਂ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ ਇਤੋਂ ਪਤਾ ਨਹੀਂ ਲੱਗਦਾ ਵੀ ਇਹਨਾਂ ਦੀ ਕੋਈ ਰਲੀ ਮਿਲੀ ਭੁਗਤਾ ਕਿ ਨਾ ਸਿਮਰਜੀਤ ਸਿੰਘ ਮਾਨ ਵਾਸਤੇ ਗੋਲੀ ਬਣੀ ਨਾ ਗੋਲੀ ਬਾਦਲ ਕੇਆਂ ਵਾਸਤੇ ਬਣੀ ਨਾ ਗੋਲੀ ਟੋੜੇ ਕੇਆਂ ਵਾਸਤੇ ਬਣੀ ਨਾ ਜਗਦੇਵ ਸਿੰਘ ਤਲਵੰਡੀ ਵਾਸਤੇ ਬਣੀ ਨਾ ਸਰਦਾਰ ਸਰਜੀਤ ਸਿੰਘ ਬਰਨਾਲੇ ਵਾਸਤੇ ਬਣੀ ਇਹ ਪੰਜਾਬ ਦੇ ਕਿਸਾਨਾਂ ਦੇ ਗਰੀਬਾਂ ਦੇ ਪੁੱਤ ਕਿਉਂ ਮਰੇ ਇਹ ਇਹਨਾਂ ਦੀਆਂ ਰਲੀਆਂ ਮਿਲੀਆਂ ਇਹ ਕੇਂਦਰ ਨਾਲ ਮਿਲ ਕੇ ਹਰਮੰਦਰ ਸਾਹਿਬ ਦੇ ਉੱਤੇ ਵੀ ਟੈਕ ਸਾਡੇ ਇਹ ਜਿਹੜੇ ਵੱਡੇ ਲੀਡਰ ਨੇ ਇਹਨਾਂ ਦੀ ਕਤੂਤਨਾਂ ਲਈ ਹੋਇਆ ਤੇ ਜਦੋਂ ਹਰਮੰਦਰ ਸਾਹਿਬ ਤੇ ਟੈਕ ਹੋਇਆ ਤੇ ਉਹਦਾ ਬਦਲਾ ਗਰੀਬ ਪਰਿਵਾਰ ਦੇ ਮੁੰਡਿਆਂ ਨੇ ਲਿਆ ਅੱਜ ਵੀ ਉਹ ਸੰਤਾਪ ਭੋਗੀ ਜਾਂਦੇ ਨੇ ਪਰਿਵਾਰਾਂ ਦੀ ਮੁੜਕੇ ਇਹਨਾਂ ਨੇ ਸਾਰ ਵੀ ਨਹੀਂ ਲਈ ਫੇਰ ਗੱਲ ਕਰਦੇ ਨੇ ਕੁਲਦੀਪ ਕਾਸਟ ਦੀ ਗੱਲ ਕਰਦੇ ਆ ਇਹਨਾਂ ਦੇ ਮੰਤਰੀ ਸ਼ਰਿਆਮ ਸਾਡੇ ਰਾਮਗੜੀਆ ਭਾਈਚਾਰੇ ਨੂੰ ਤਰਖਾਨ ਭਾਈਚਾਰੇ ਨੂੰ ਗਾਲਾਂ ਕੱਢ ਸਕਦੇ ਨੇ ਪੁੱਠਾ ਬੋਲ ਸਕਦੇ ਨੇ ਜੇ ਅਸੀਂ ਗੱਲ ਕਰਦੇ ਆ ਵੀ ਸਾਡੇ ਦੇ ਦਾਸ਼ਾਦ ਹੁੰਦਾ ਜਾਤੀਵਾਦ ਤੌਰ ਤੇ ਸਾਡੇ ਸ਼ੈਡਿਊਲ ਕਾ ਸਮਾਜ ਨੂੰ ਜ਼ਲੀਲ ਕੀਤਾ ਜਾਂਦਾ ਤਾਂ ਇਹ ਬੜੀ ਨਫ਼ਰਤ ਨਾਲ ਯਾਰ ਕੁਲਦੀਪ ਹੋਰੀ ਤਾਂ ਜਾਤੀਵਾਦ ਫਲਾਉਂਦੇ ਨੇ ਇਸ ਕਰਕੇ ਮੈਂ ਕਹਿਣਾ ਚਾਹਣਾ ਕਿ ਐਡਾ ਬੁਰਾ ਦੌਰ ਪੰਜਾਬ ਦੇ ਵਿੱਚ ਆਇਆ ਇੱਕ ਵੀ ਇਹਨਾਂ ਦਾ ਵੱਡਾ ਆਗੂ ਜੇ ਕੋਈ ਸ਼ਹੀਦ ਹੋਇਆ ਦੱਸ ਦੋ ਸਿਰਫ ਨਾਸਿਮਰਜੀਤ ਸਿੰਘ ਮਾਨ ਦੇ ਕਿ ਤਤੀਬਾਲ ਲੱਗੀ ਆ ਅਤਵਾਦੀਆਂ ਦੇ ਭੋਗ ਤੇ ਜਿਹੜਾ ਸਭ ਕੁਝ ਇਹ ਕਰਦੇ ਰਹੇ ਨੇ ਪਰ ਇਹਨਾਂ ਤੇ ਕਦੇ ਵਾਰ ਨਹੀਂ ਲੱਗੀ ਤੇ ਲੱਖਾਂ ਦੇ ਲੱਖਾਂ ਘਰ ਉਜੜ ਗਏ ਕਿਉਂਕਿ ਇਹ ਮਿਲੇ ਹੋਏ ਸੀ ਇਹ ਪੁਲਿਸ ਨਾਲੀ ਗਿੱਟਮਟ ਇਹਨਾਂ ਦੀ ਸੀ ਸਭ ਕੁਝ ਸਾਂਝਾ ਸੀ ਸਭ ਕੁਝ ਜਨਤ ਤੱਕ ਹੋ ਚੁੱਕਿਆ ਜਥੇਦਾਰ ਵਰਗਟ ਜਿਹੜੇ ਵਿਚਾਰੇ ਲੜਦੇ ਸੀ ਬੰਦ-ਬੰਦ ਕਰਕੇ ਵੱਡੇ ਗਿਆ ਤੁਸੀਂ ਦੇਖਿਆ ਹੀ ਆ ਆ ਕੌਮਕੇ ਸਾਹਿਬ ਹੀ ਜਥੇਦਾਰ ਕੌਮਕੇ ਸਾਹਿਬ ਦਾ ਤੇ ਕਿੱਡਾ ਵੱਡਾ ਮਸਲਾ ਕੌਮ ਇਹ ਖਮੋਸ਼ੀ ਇਹ ਲੀਡਰ ਕਿਉਂ ਨਹੀਂ ਬੋਲਦੇ ਸੀ ਕਿਉਂ ਨਹੀਂ ਜੇ ਬਾਦਲ ਨਹੀਂ ਬੋਲ ਰਿਹਾ ਸੀ ਤੇ ਦੂਜੇ ਲੀਡਰ ਬੋਲ ਸਕਦੇ ਸੀ ਪ੍ਰੇਕਟ ਵਾਲ ਮੈਂ ਕੁਲਦੀਪ ਭਾਈ ਹੋਰ ਜ਼ਰੂਰ ਲੈਣਾ ਚਾਹੂੰਗਾ ਜਿਵੇਂ ਤੁਸੀਂ ਲੋਕ ਸਭਾ ਚੋਣਾਂ ਦੀ ਆਪਾਂ ਗੱਲ ਜਿਹੜੀ ਆ ਉਹ ਕਰ ਰਹੇ ਹਾਂ 2022 ਦੀਆਂ ਚੋਣਾਂ 'ਚ ਜਿਹੜੀਆਂ ਅਸੀਂ ਕਵਰ ਕੀਤੀਆਂ 2019 ਦੇ ਵਿੱਚ ਵੀ ਅਸੀਂ ਚੋਣਾਂ ਕਵਰ ਕਰੀਆਂ ਪਰ ਜਿਸ ਤਰ੍ਹਾਂ ਦੇ ਨਾਲ ਇਸ ਵਾਰ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਆਉਣ ਦੇ ਲਈ ਵੱਡੀ ਸਿਕਿਉਰਿਟੀ ਦੀ ਜ਼ਰੂਰਤ ਪੈਂਦੀ ਹੈ 100-100 ਜਿਹੜਾ ਹੈਗਾ ਪੁਲਿਸ ਮੁਲਾਜ਼ਮ ਹੁੰਦਾ ਆ ਜੇਕਰ ਬੀਜੇਪੀ ਦੀ ਗੱਲ ਕਰਾਂ 200 ਪੁਲਿਸ ਮੁਲਾਜ਼ਮ ਹੁੰਦਾ ਆ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਨੂੰ ਵੀ ਵੱਡੇ-ਵੱਡੇ ਜਿਹੜਾ ਸਿਕਿਉਰਿਟੀ ਦੀ ਜ਼ਰੂਰਤ ਹੁਣ ਵੋਟਾਂ ਮੰਗਣ ਦੇ ਲਈ ਜਿਹੜੀ ਉਹ ਪੈ ਰਹੀ ਆ ਜੇ ਆਮ ਲੋਕਾਂ ਦੇ ਵਿੱਚ ਆ ਕੇ ਵੋਟਾਂ ਮੰਗਣੀਆਂ ਨੇ ਤਾਂ ਇੰਨੀ ਸਿਕਿਉਰਿਟੀ ਦੀ ਜ਼ਰੂਰਤ ਲੀਡ ਲੱਗ ਪਈ ਇਸ ਕਰਕੇ ਝੂਠੇ ਰਹੇ ਫਰਾਡ ਕਰਦੇ ਨੇ ਲੋਕਾਂ ਨਾਲ ਉਹ ਬੀਬੀ ਚੁਟਕੀ ਮਾਰਦੀ ਸੀ 5 ਮਿੰਟਾਂ ਚ ਐਂ ਕਰ ਦਾਂਗੇ ਇੱਕ ਵਾਰੀ ਯਾਰ ਭਾਓ ਮੁੱਖ ਮੰਤਰੀ ਬਣਦੇ ਸਰ ਗੱਦੀ ਦੇ ਮਗਰੋਂ ਬੈਠਾਂਗੇ ਮਹਿਲਾਵਾਂ ਦੇ ਖਾਤੇ ਚ ਹਜ਼ਾਰ-ਹਜ਼ਾਰ ਆਉ ਮੇਰਾ ਕੱਲ 28 ਮਹੀਨੇ ਹੋ ਗਏ ਉਹਨਾਂ ਦਾ ਇੱਕ ਇੱਕ ਬੀਬੀ ਨੂੰ ਪੰਜਾਬ ਦੇ ਨੂੰ 28-28 ਹਜ਼ਾਰ ਮਿਲਣਾ ਸੀ ਜਦੋਂ ਅਸੀਂ ਝੂਠੇ ਖਵਾਬ ਕਰਾਂਗੇ ਝੂਠੇ ਵਾਅਦੇ ਕਰਾਂਗੇ ਕਹਾਂਗੇ ਵੀ ਕਿਸਾਨਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਾਂਗੇ ਫਿਰ ਧੋਖਾ ਕਰਾਂਗੇ ਤਾਂ ਫਿਰ ਉਹ ਕੀ ਕਰਨਗੇ ਕੀਤੇ ਵਿਸ਼ਵਾਸ ਕਰਨ ਉਹ ਇਸ ਕਰਕੇ ਉਹ ਲੋ ਬਿਸ਼ਵਾਸ ਹੀ ਇਹ ਤਣਾੜ ਜਿਹੜੇ ਮੈਂ ਦੱਸੇ ਨੇ ਸਰਦਾਰ ਆ ਇੱਕ ਹੁਣ ਨਵਾਂ ਆ ਸਰਦਾਰ ਦੀ ਝੋਲੀ ਪਿਆ ਲੱਖਾ ਇਹ ਜਿੰਨੇ ਵੀ ਪਾਰਟੀਆਂ ਵਾਲੇ ਨੇ ਚਾਹੇ ਭਾਜੀਪੀ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਜਾਂ ਦੂਜੇ ਨੇ ਇਹ ਇਹ ਸਾਰਿਆਂ ਤੇ ਅਸੀਂ ਵਿਸ਼ਵਾਸ ਪਤਾ ਨਹੀਂ ਕਿੰਨੇ ਵਾਰ ਕਰ ਲਿਆ ਯਾਰ ਇੱਕ ਵਾਰੀ ਬੱਚਾ ਗਲਤੀ ਕਰ ਲੇ ਆਪਾਂ ਕਹਿ ਦਿੰਦੇ ਆ ਚੱਲ ਕੋਈ ਨਹੀਂ ਬੱਚਾ ਦੂਜੀ ਵਾਰ ਗਲਤੀ ਕਰ ਲੇ ਫੇਰ ਆਪਾਂ ਮੜਾ ਜਾ ਬੱਚੇ ਨੂੰ ਝਿੜਕ ਦਿਆਂ ਤੀਜੀ ਵਾਰ ਗਲਤੀ ਕਰਦਾ ਆਪਾਂ ਵੀ ਕੰਨ ਤੇ ਮਾਰਦੇ ਆ ਵੀ ਤੂੰ ਪਲੱਗ ਦੇ ਕੋਲੇ ਜਾਈ ਇਹ ਨਾ ਯਾਰ ਕਰੰਟ ਲੱਗੂ ਤੇਰੇ ਉੱਥੇ ਹਨਾ ਮੈਨੂੰ ਐਂ ਲੱਗਦਾ ਵੀ ਹੁਣ ਇਹਨਾਂ ਦੀ ਗਲਤੀ ਨਹੀਂ ਪੰਜਾਬੀਆਂ ਦੀ ਗਲਤੀ ਹੈ ਜਿਹੜੇ ਬਾਰ-ਬਾਰ ਮੁੜ-ਮੁੜ ਕੇ ਲੋਕਾਂ ਤੇ ਅਸੀਂ ਵਿਸ਼ਵਾਸ ਕਰੀ ਜਾਂਦੇ ਆਂ ਬਾਰੀ-ਬਾਰੀ ਕਰੀ ਜਾਂਦੇ ਆਂ ਅੱਜ ਇਹਨਾਂ ਨੇ ਇੱਕ ਇੱਕੋ ਹੀ ਸਾਰੀਆਂ ਪਾਰਟੀਆਂ ਨੇ ਇੱਕੋ ਬਰਾਦਰੀ ਦੇ ਉਮੀਦਵਾਰ ਦਿੱਤੇ ਨੇ ਦੂਜੀ ਬਟਿੰਡਾ ਲੋਕ ਸਭਾ ਦੇ ਬਰਾਦਰੀ ਨਹੀਂ ਮੈਂ ਤਾਂ ਕਹਿਣਾ ਸਾਨੂੰ ਤਾਂ ਸਾਡੇ ਵਾਲਿਆਂ ਨੇ ਮਾਰ ਰੱਖਿਆ ਬਾਈ ਜੀ ਸਾਨੂੰ ਸਾਡੇ ਵਾਲਿਆਂ ਨੇ ਮਾਰ ਰੱਖਿਆ ਜੇ ਐਸਸੀ ਬੀਸੀ ਸਮਾਜ ਇਕੱਠਾ ਹੋ ਜੇ ਨਾ ਇਹ ਤੁਹਾਡੇ ਚੈਨਲ ਤੇ ਬਾਦ ਆ ਆ ਜਿਹੜੇ 6-7 ਸਰਦਾਰਾਂ ਨੇ ਖੜੇ ਕੀਤੇ ਨੇ ਨਾ ਇਹਨਾਂ ਦੀ ਜ਼ੁਬਾਨ ਤੇ ਇੱਕ ਦੀ ਵੀ ਬਚ ਜੇ ਤਾਂ ਮੈਨੂੰ ਫਿਟੇ ਲਾਣ ਦੇ ਕਹਦੇ ਬਸ ਲੋੜ ਆ ਐਸਸੀਬੀਸੀ ਨੂੰ ਗੱਠਬੰਧਨ ਕਰਨ ਦੀ ਆ ਅਗਰਵਾਲ ਭਾਈਚਾਰਾ ਇਕੱਠਾ ਹੋ ਜੇ ਇਹ 2-3 ਭਾਈਚਾਰੇ ਇਕੱਠੇ ਹੋ ਜਾ ਨਾ ਆ 6-7 ਜਿਹੜੇ ਖੜਾਏ ਨੇ ਜੇ ਖਾਲੀ ਸੰਦੂਕੜੀਆਂ ਨਾ ਬੁੜਕੀਆਂ ਤਾਂ ਮੈਨੂੰ ਕੁਲਦੀਪ ਨਾ ਜਾਣਿਓ ਪਰ ਲੋੜ ਆ ਆ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ ਆਪਸ ਵਿੱਚ ਮਤਲਬ ਕਿ ਇਕੱਠਾ ਹੋ ਜੇ ਭਾਈਚਾਰਕ ਸੰਝ ਕਰ ਲੇ ਇਹਨਾਂ ਰਜਵਾੜਿਆਂ ਦੀਆਂ ਨੀਤੀਆਂ ਤੇ ਵਿਸ਼ਵਾਸ ਕਰਨਾ ਛੱਡੇ ਇਹ ਕਰਨਾ ਪਊਗਾ ਇੱਕ ਨਾ ਇੱਕ ਦਿਨੇ ਇਹਨਾਂ ਨੂੰ ਇਕੱਠੇ ਹੋਣਾ ਪਊਗਾ ਸਾਨੂੰ ਸਾਡੇ ਵਾਲੇ ਨਹੀਂ ਮਾਰਿਆ ਉਹ ਜਿਵੇਂ ਇੱਕ ਸ਼ਾਇਰ ਆਉਂਦਾ ਹਮੇ ਆਪਣੋ ਨੇ ਲੂਟਾ ਗੈਰੋਂ ਮੈਂ ਕਿਆ ਦਮ ਥਾ ਹਮੇ ਆਪਣੋ ਨੇ ਲੂਟਾ ਗੈਰੋਂ ਮੈਂ ਕਿਆ ਦਮ ਥਾ ਹਮਾਰੀ ਕਿਸ਼ਤੀ ਵੀ ਵਹਾਂ ਡੁੱਬੀ ਜਹਾਂ ਪਾਣੀ ਕਮ ਥਾ ਇੰਨੀ ਪਿੰਡਾਂ ਦੇ ਵਿੱਚ ਸ਼ੈਡੂਲ ਕਾਸਟ ਐਸ ਸੀ ਬੀ ਸੀ ਵੋਟ ਭਰੀ ਹੈ ਕਿਤੇ ਸਰਵੇ ਕਰਕੇ ਦੇਖ ਲਓ ਜਿਨ੍ਹਾਂ ਨਾਲ ਇਹ ਵੀ ਇਹਨਾਂ ਦੀਆਂ ਬੀਬੀਆਂ ਪਹਿਲਾਂ ਬੜਿੰਗ ਸਾਹਿਬ ਦੀ ਵਾਈਫ ਚੁੰਨੀਆਂ ਵਟਾਉਂਦੀਆਂ ਫਿਰਦੀਆਂ ਨਾ ਮੁੜ ਕੇ ਉਹਨਾਂ ਨੂੰ ਸ਼ਕਲ ਨਹੀਂ ਦਿਖਾਉਂਦੀਆਂ ਨੱਕੋ ਨੱਕ ਅੱਜ ਤੱਕ ਨਾ ਇਹਨਾਂ ਨੇ ਕੋਈ ਮਨਰੇਗਾ ਦਾ ਹੱਲ ਕੀਤਾ ਨਾ ਮਜ਼ਦੂਰ ਦਾ ਹੱਲ ਕੀਤਾ ਨਾ ਐਸਸੀਬੀਸੀ ਮੈਨੂੰ ਪੰਜਾਬ ਦੇ ਐਸਸੀਬੀਸੀਆਂ ਤੇ ਯਾਰ ਬੜਾ ਇਸ ਗੱਲੋਂ ਗੁੱਸਾ ਕਿਉਂਕਿ ਮੈਂ ਇਹਨਾਂ ਚ ਜਨਮ ਲਿਆ ਮੈਨੂੰ ਇਹ ਦੱਸ ਦੇਣੋ ਵੀ ਆ 2.5 ਸਾਲ ਦੀ ਸਰਕਾਰ ਦੇ ਵਿੱਚ ਐਸਸੀਬੀਸੀ ਦੀ ਇੱਕ ਇੱਕ ਵਾਦਾ ਕਿਹੜਾ ਪੂਰਾ ਕੀਤਾ ਕਿਸਾਨ ਦੱਸ ਦੇਣੋ ਉਂਗਲ ਖੜੀ ਕਰਕੇ ਤੇ ਜੇ ਸੱਚ ਤੁਹਾਡੇ ਵਰਗੇ ਚੈਨਲ ਜਿਹੜੇ ਦਬਨ ਵਾਲੇ ਨਹੀਂ ਝੋਕਨ ਵਾਲੇ ਨਹੀਂ ਬਈ ਕੋਈ ਪ੍ਰਵਾਹ ਨਹੀਂ ਜੇ ਕੋਈ ਜਨਤਕ ਕਰਦੇ ਹੋ ਫਿਰ ਤੁਹਾਡੇ ਮੈਕ ਫੜ ਫੜ ਕੇ ਪਰਾਂ ਧਰਦੇ ਨੇ ਜੇ ਸਹੀ ਹੋਣ ਸਹੀ ਵਾਅਦਿਆਂ ਤੇ ਚੱਲਣ ਫਿਰ ਮੈਕ ਫੜ ਕੇ ਪਰਾਂ ਕਰਨ ਦੀ ਲੋੜ ਨਹੀਂ ਫਿਰ ਲੋਕਾਂ ਦੀ ਕਚਹਿਰੀ ਤੁਸੀਂ ਕਿਹਾ ਬਈ ਵਿਰੋਧ ਹੁੰਦਾ ਬਹੁਜਨ ਸਮਾਜ ਪਾਰਟੀ ਦੇਸ਼ ਦੀ ਤੀਜੇ ਨੰਬਰ ਦੀ ਆ ਦੱਸੋ ਕਿਹੜੇ ਪਿੰਡ ਚ ਮੀਟਿੰਗ ਕਰਕੇ ਆਈਏ ਬਿਨਾਂ ਸਕਿਉਰਿਟੀ ਤੋਂ ਕੋਈ ਨਹੀਂ ਬੁਲਾਉਂਦਾ ਲੋਕ ਸਿਆਣੇ ਨੇ ਪੰਜਾਬ ਦੇ ਵੀ ਇਹ 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 ਇਹਨਾਂ ਨੂੰ ਹਜੇ ਮੌਕਾ ਨਹੀਂ ਮਿਲਿਆ ਤਾਂ ਆਪਾਂ ਇਹਨਾਂ ਨੂੰ ਭੰਡ ਕਿਵੇਂ ਸਕਦੇ ਆ ਇਹਨਾਂ ਨੂੰ ਲੋਕਾਂ ਨੇ ਵਿਸ਼ਵਾਸ ਕਰਕੇ ਮੌਕਾ ਦਿੱਤਾ ਮੌਕਾ ਲੈ ਕੇ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਉਹ ਵਿਸ਼ਵਾਸ ਘਾਤ ਦੇ ਕਾਰਨ ਇਹਨਾਂ ਦਾ ਥਾਂ ਥਾਂ ਤੇ ਵਿਰੋਧ ਹੋ ਰਿਹਾ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਹਨਾਂ ਦਾ ਘਰੋਂ ਨਿਕਲਣਾ ਬੰਦ ਕਰ ਦੇਣਗੇ ਇੱਕੋ ਹੀ ਪੰਜਾਬ ਦੇ ਲੋਕ ਮੇਰੀ ਮੰਨ ਲੈਣ ਐਸ ਸੀ ਬੀ ਸੀ ਗਰੀਬ ਕਿਸਾਨ ਤੇ ਹਿੰਦੂ ਭਾਈਚਾਰਾ ਗਠਬੰਧਨ ਕਰ ਲੇ ਇਹਨਾਂ ਦੇ ਸਾਰਿਆਂ ਦੀਆਂ ਜ਼ੁਬਾਨਾਂ ਤਾਂ ਜਬਤ ਹੋ ਸਕਦੀ ਸਮਾਂ ਤਬ ਬਹੁਤਾਂ ਦਾ ਧੰਨਵਾਦ ਜੀ ਸੋ ਮੇਰੇ ਨਾਲ ਭਾਈ ਕੁਲਦੀਪ ਸਿੰਘ ਸਰਦੂਲਗੜ ਹੋ ਰਹੀ ਸੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦਿਓ ਇਜਾਜ਼ਤ ਧੰਨਵਾਦ ਜੀ